ਜਾਂ ਮੈਂ ਕਵਾਂ ਗਰੀਬਾਂ ਦੇ ਕੈਨੇਡਾ ਚ ਮੇਰੇ ਵਰਗੇ ਗਰੀਬਾਂ ਦਾ ਕੈਨੇਡਾ ਤੇ ਇਹ ਸਟੇਟ ਦਾ ਲੱਗ ਰਿਹਾ ਗਰੀਬਾਂ ਦੇ ਕੈਨੇਡਾ ਚ ਆ ਕੇ ਬਹੁਤ ਵਧੀਆ ਲੱਗ ਰਿਹਾ ਮੈਂ ਤਾਂ ਆਲਰੇਡੀ ਇੱਥੋਂ ਦਾ ਪੀਆਰ ਹੈ ਅਪ ਐਂਡ ਡਾਊਨ ਤੇ ਚੱਲਦੇ ਰਹਿੰਦੇ ਨੇ ਕੁਛ ਨਾ ਕੁਛ ਕਦੀ ਖੰਡ ਮੁੱਕ ਗਈ ਕਦੀ ਤੇਲ ਮੁੱਕ ਗਿਆ ਤੇ ਨੋਰਮਲ ਪ੍ਰੋਬਲਮ ਨੇ ਤੇ ਮੈਂ ਪੰਜਾਬੀ ਚ ਕਰਨਾ ਸੀ ਉਹ ਮੈਨੂੰ ਸ਼ੁਰੂ ਤੋਂ ਸੀਗਾ ਮੈਂ ਪੰਜਾਬੀ ਚ ਕਰਨਾ ਤੇ ਕੁਛ ਉਦੋਂ ਕੁਛ ਇਸ ਤਰ੍ਹਾਂ ਦਾ ਆਈਡੀਆ ਨਹੀਂ ਸੀਗਾ हेलो एवरीवन दिस इज रितिका सिनाना फ्रॉम पीयू पल्स ते आज असी मौजूद हाँ पंजाब यूनिवर्सिटी चंडीगढ़ जां मैं कहां गरीबा दे कैनेडा च ते ए स्टेटमेंट सुन के मैनू इंट्रोडक्शन देने की लोड़ ही नहीं क्योंकि आज साडे नाल मौजूद ने एक ऐजी पर्सनैलिटी जिन्हां दे नाम च ही कॉमेडी है द कॉमिक सिंह उर्फ मनप्रीत सिंह वी वेलकम यू टू पीयू पल्स थोड़ा दिलों स्वागत है ते किद्दां लग रहा गरीबा दे कैनेडा च आके बहुत वधिया लग रहा मैं तो ऑलरेडी इत्थों दा पीआर है ਅਤੇ ਮੇਰੇ ਲਈ ਕੋਈ ਨਵੀਂ ਚੀਜ਼ ਨਹੀਂ ਹੈ ਬਟ ਵਧੀਆ ਲੱਗਦਾ ਜਿਹੜੇ ਬਾਕੀ ਜਿਹੜੇ ਨਵੇਂ ਆਏ ਨੇ ਉਹਨਾਂ ਨਾਲ ਗੱਲਬਾਤ ਕਰਕੇ ਹੋਰ ਵਧੀਆ ਲੱਗੇਗਾ ਉਹਨਾਂ ਨੂੰ ਦੇਖ ਕੇ ਵਧੀਆ ਲੱਗੇਗਾ ਕਿਉਂਕਿ ਉਹ ਆਸ ਲੈ ਕੇ ਆਉਂਦੇ ਕਿ ਸਾਨੂੰ ਵੀ ਪੀਆਰ ਮਿਲੇਗੀ ਅਤੇ ਦਵਾ ਦਾਂਗੇ ਪੀਆਰ ਉਹਨਾਂ ਨਾਲ ਅਤੇ ਸਭ ਤੋਂ ਪਹਿਲਾਂ ਸਪੈਸੀਫਿਕਲੀ ਅਸੀਂ ਸੁਣਿਆ ਵੀ ਜਨਰਲੀ ਤੁਸੀਂ ਨੇ ਬਹੁਤ ਖੁਸ਼ ਕੀਤਾ ਹੈ ਨੋਟ ਜਸਟ ਇਨ ਆਰ ਨੇਸ਼ਨ ਬਟ ਤੁਸੀਂ ਗਏ ਹੋ ਕਾਫੀ ਕੰਟਰੀਜ਼ 'ਚ ਵੀ ਅਤੇ ਰਿਐਲਿਟੀ 'ਚ ਇੱਦਾਂ ਹੁੰਦਾ ਵੀ ਜਿਹੜਾ ਕਾਮੇਡੀਅਨ ਹੁੰਦੇ ਪ੍ਰੋਫੈਸ਼ਨਲ ਜਾਂ ਲੋਕਾਂ ਨੂੰ ਹਸਾਉਂਦਾ ਹੈ ਉਹ ਐਕਚੁਲੀ ਇਨ ਪਰਸਨ ਬਹੁਤ ਹੀ ਪਰਸਨਲੀ ਸੀਰੀਅਸ ਹੁੰਦਾ ਅਤੇ ਮਨਪ੍ਰੀਤ ਸਿੰਘ ਜੀ ਕਿੱਦਾਂ ਹੈ ਨਹੀਂ ਨੋਰਮਲ ਲਾਈਫ ਹੈ ਜਿਸ ਤਰ੍ਹਾਂ ਸਾਰਿਆਂ ਦੀ ਲਾਈਫ ਹੁੰਦੀ ਹੈ ਮੈਂ ਵੀ ਇੱਕ ਫੈਮਿਲੀ ਵਾਲਾ ਬੰਦਾ ਅਤੇ ਅਪ ਐਂਡ ਡਾਊਨ ਤੇ ਚੱਲਦੇ ਰਹਿੰਦੇ ਨੇ ਕੁਛ ਨਾ ਕੁਛ ਕਦੀ ਖੰਡ ਮੁੱਕ ਗਈ ਕਦੀ ਤੇਲ ਮੁੱਕ ਗਿਆ ਅਤੇ ਨੋਰਮਲ ਪ੍ਰੋਬਲਮ ਨੇ ਅਤੇ ਬਸ ਉਹ ਇੱਕ ਤਰ੍ਹਾਂ ਨਾ ਆਪਾਂ ਐਕਟ ਕਰਦੇ ਹਾਂ ਜਿਸ ਤਰ੍ਹਾਂ ਇੱਕ ਮੂਵੀ ਦੇਖਦੇ ਮੂਵੀ ਦੇ ਵਿੱਚ ਇੱਕ ਨੋਰਮਲ ਇਨਸਾਨ ਹੈ ਉਹ ਨੋਰਮਲ ਜ਼ਿੰਦਗੀ 'ਚ ਅਲੱਗ ਜੀ ਰਿਹਾ ਬਟ ਜਦੋਂ ਕੈਮਰਾ ਫੇਸ ਕਰ ਰਿਹਾ ਉਦੋਂ ਐਕਟ ਕਰ ਰਿਹਾ ਅਤੇ ਆਪਾਂ ਸਾਰੇ ਐਕਟ ਹੀ ਕਰ ਰਹੇ ਹਾਂ ਬਟ ਉਹ ਡਿਫਰੈਂਟ ਡਿਫਰੈਂਟ ਜਗ੍ਹਾ 'ਤੇ ਜਾ ਕੇ ਅਲੱਗ ਅਲੱਗ ਤਰੀਕੇ ਨਾਲ ਹੁੰਦਾ ਕੋਈ ਸੀਰੀਅਸ ਜੇ ਆਪਾਂ ਗੱਲ ਕਰੀਏ ਹਾਰਡਸ਼ਿਪਸ ਦੀ ਜੇ ਆਪਾਂ ਗੱਲ ਕਰਦੇ ਹਾਰਡਸ਼ਿਪਸ ਦੀ ਕਿਉਂਕਿ ਹੁੰਦਾ ਪ੍ਰੋਫੈਸ਼ਨਲ ਕਾਮੇਡੀਅਨ ਇੱਦਾਂ ਐਕਸਪੈਂਡ ਨਹੀਂ ਸੀ ਪਹਿਲਾਂ ਹੁਣ ਥੋੜ੍ਹਾ ਹੋਣ ਲੱਗਿਆ ਤੁਸੀਂ ਕੀ ਸੋਚ ਕੇ ਇਹਨੂੰ ਪ੍ਰੋਫੈਸ਼ਨਲ ਬਣਾਇਆ ਜਦੋਂ ਮੈਂ ਸਟਾਰਟ ਕੀਤਾ ਸੀ ਮੈਂ ਕੁਛ ਨਹੀਂ ਸੋਚਿਆ ਸੀ ਕੁਛ ਨਹੀਂ ਮੈਨੂੰ ਸੀਗਾ ਕਿ ਜਸਟ ਆਪਣਾ ਇੱਕ ਉਹ ਨਾ ਪੈਸ਼ਨ ਹੈ ਪੈਸ਼ਨ ਨੂੰ ਫੋਲੋ ਕਰਨਾ ਬਟ ਮੈਨੂੰ ਨਹੀਂ ਪਤਾ ਸੀਗਾ ਕਿ ਇਹਦੀ ਮਾਰਕੀਟ ਆ ਜੋ ਐਡੀ ਵੱਡੀ ਹੋਣ ਵਾਲੀ ਹੈ ਅਤੇ ਮੈਂ ਪੰਜਾਬੀ 'ਚ ਕਰਨਾ ਸੀ ਉਹ ਮੈਨੂੰ ਸ਼ੁਰੂ ਤੋਂ ਸੀਗਾ ਮੈਂ ਪੰਜਾਬੀ 'ਚ ਕਰਨਾ ਅਤੇ ਕੁਛ ਉਦੋਂ ਕੁਛ ਇਸ ਤਰ੍ਹਾਂ ਦਾ ਆਈਡੀਆ ਨਹੀਂ ਸੀਗਾ ਬਟ ਜਦੋਂ ਹੁਣ ਕਰਨਾ ਸ਼ੁਰੂ ਕਰਤਾ ਫਿਰ ਅਸੀਂ ਇਹਨੂੰ ਆਪ ਐਜ਼ ਏ ਬਿਜ਼ਨਸ ਵੇ ਕਰਨਾ ਸ਼ੁਰੂ ਕਰਤਾ ਅਤੇ ਸਟਾਰਟ ਵਾਲਾ ਕੁਛ ਨਹੀਂ ਸੀਗਾ ਬਟ ਹੁਣ ਤਾਂ ਮਜ਼ੇ ਆ ਰਿਹਾ ਦੈਟਸ ਗ੍ਰੇਟ ਵੀ ਵਿਸ਼ਿੰਗ ਯੂ ਗੁੱਡ ਲੱਕ ਫੋਰ ਦੈਟ ਅਤੇ ਦੂਜਾ ਤੁਸੀਂ ਬਹੁਤ ਕੰਟਰੀਜ਼ 'ਚ ਜਾਂਦੇ ਰਹਿੰਦੇ ਹੋ ਇੰਨੇ ਸ਼ੋਜ਼ ਵੀ ਕੀਤੇ ਆ ਤੁਹਾਡਾ ਫੇਵਰੇਟ ਪਾਰਟ ਕਿਹੜਾ ਫੇਵਰੇਟ ਪਾਰਟ ਇਨ ਦ ਸ਼ੋ ਕਿ ਫੇਵਰੇਟ ਸ਼ੋ ਐਜ਼ ਇਨ ਸ਼ੋ ਐਨੀ ਕਮ ਲਾਈਕ ਸ਼ੋ ਸਾਰੇ ਵਧੀਆ ਹੁੰਦੇ ਕਿਉਂਕਿ ਉਹ ਹੁੰਦਾ ਨਾ ਐਵਰੀ ਡੇ ਇਜ਼ ਲਰਨਿੰਗ ਡੇ ਉਹ ਵਾਲਾ ਹਿਸਾਬ ਹੈ ਕਿ ਹਰ ਸ਼ੋ ਕਈ ਵਾਰੀ ਤੁਹਾਡਾ ਬਹੁਤ ਮਾੜਾ ਸ਼ੋ ਤੁਹਾਡੇ ਲਈ ਹਮੇਸ਼ਾ ਮੈਮੋਰੇਬਲ ਹੁੰਦਾ ਅਤੇ ਕਈ ਵਾਰੀ ਬਹੁਤ ਵਧੀਆ ਬਟ ਵਧੀਆ ਤੱਕ ਹਜੇ ਮੈਂ ਪਹੁੰਚਿਆ ਹੀ ਨਹੀਂ ਹੈ ਕਿਉਂਕਿ ਅਗਰ ਤੁਸੀਂ ਸੋਚ ਲੈਂਦੇ ਹੋ ਕਿ ਇਹ ਮੇਰਾ ਲਾਸਟ ਸੀਗਾ ਅਤੇ ਉਸ ਤੋਂ ਬਾਅਦ ਖਤਮ ਹੈ ਸਾਰਾ ਕੁਝ ਅਤੇ ਹਜੇ ਉਹ ਦਿਨ ਆਇਆ ਹੀ ਨਹੀਂ ਹੈ ਜਿਸ ਦਿਨ ਮੈਂ ਸੋਚਾਂਗਾ ਕਿ ਇਹ ਸਭ ਤੋਂ ਵਧੀਆ ਹਜੇ ਉਹਦੀ ਵੇਟ ਹੈ ਦੈਟਸ ਰੀਅਲੀ ਗ੍ਰੇਟ ਕਿਉਂਕਿ ਲਰਨਿੰਗ ਤਾਂ ਸਭ ਤੋਂ ਇੰਪੋਰਟੈਂਟ ਹੁੰਦੀ ਹੈ ਐਂਡ ਮੋਟੀਵੇਸ਼ਨਲ ਪਾਰਟ ਕਿਹੜਾ ਤੁਹਾਡਾ ਜਿਹਨੂੰ ਲਰਨਿੰਗ ਨੂੰ ਤੁਸੀਂ ਮੋਟੀਵੇਸ਼ਨ ਕਹੋਗੇ ਆਪਦੀ ਕੋਈ ਐਜ਼ ਐਨ ਪਰਸਨ ਜਿਨ੍ਹਾਂ ਨੇ ਤੁਹਾਨੂੰ ਬਹੁਤ ਮੋਟੀਵੇਟ ਕੀਤਾ ਮੋਟੀਵੇਸ਼ਨ ਕਾਫੀ ਜਦੋਂ ਤੁਸੀਂ ਸਟੈਪ ਬਾਏ ਸਟੈਪ ਆਪਣੀ ਏਜ ਗਰੁੱਪ ਦੇ ਵਿੱਚ ਅੱਗੇ ਵੱਧਦੇ ਜਾਂਦੇ ਹੋ ਤਾਂ ਤੁਹਾਡਾ ਮੋਟੀਵੇਸ਼ਨ ਦਾ ਤਰੀਕਾ ਅਲੱਗ ਅਲੱਗ ਹੁੰਦਾ ਜਾਂਦਾ ਕਿਉਂਕਿ ਕਿਸੇ ਲਈ ਪੈਸਾ ਮੋਟੀਵੇਸ਼ਨ ਹੈ ਕਿਸੇ ਲਈ ਪੈਸ਼ਨ ਮੋਟੀਵੇਟ ਹੈ ਅਤੇ ਮਤਲਬ ਹਰ ਇੱਕ ਤੁਸੀਂ ਇੱਕ ਚੀਜ਼ 'ਤੇ ਸਟਿੱਕ ਨਹੀਂ ਰਹਿ ਸਕਦੇ ਕਿ ਮੇਰੇ ਲਈ ਮੋਟੀਵੇਸ਼ਨ ਦਾ ਕਾਰਨ ਇਹੀ ਹੈ ਹਰ ਦਿਨ ਨਵਾਂ ਕਾਰਨ ਆ ਮੋਟੀਵੇਸ਼ਨ ਦਾ ਕਈ ਵਾਰੀ ਇਹ ਵੀ ਹੋ ਸਕਦਾ ਕਿ ਤੁਸੀਂ ਕਿਸੇ ਨੂੰ ਕੰਪੀਟ ਕਰ ਰਹੇ ਹੋ ਉਹ ਵੀ ਆਪਣੇ ਆਪ ਮੋਟੀਵੇਸ਼ਨ ਹੈ ਕਈ ਵਾਰੀ ਇਹ ਵੀ ਹੋ ਸਕਦਾ ਕਿ ਮੈਂ ਨਵਾਂ ਘਰ ਲੈਣਾ ਮੈਂ ਵੱਡਾ ਘਰ ਲੈਣਾ ਇਹ ਵੀ ਆਪਣੇ ਅਤੇ ਮੋਟੀਵੇਸ਼ਨ ਦਾ ਕੋਈ ਸਿੰਗਲ ਨਹੀਂ ਹੁੰਦਾ ਮੋਟੀਵੇਸ਼ਨ ਅਲੱਗ ਅਲੱਗ ਤਰੀਕੇ ਨਾਲ ਚੱਲਦੀ ਰਹਿੰਦੀ ਬਾਕੀ ਤੁਹਾਡੀ ਗੱਲਾਂ ਤੋਂ ਪਤਾ ਹੀ ਚੱਲ ਰਿਹਾ ਕਿੰਨੀ ਆਪਟੀਮਿਸਟਿਕ ਪਰਸਨੈਲਿਟੀ ਹੋ ਤੁਸੀਂ ਅਤੇ ਲਾਸਟ 'ਤੇ ਬਸ ਆਹੀ ਪੁੱਛਣਾ ਚਾਹਾਂਗੇ ਕਿ ਪੰਜਾਬ ਯੂਨੀਵਰਸਿਟੀ ਦੇ ਯੂਥ ਹਸਤੇ ਤੁਹਾਡਾ ਕੋਈ ਮੈਸੇਜ ਕੁਛ ਨਹੀਂ ਇਹਨਾਂ ਤੋਂ ਮੈਂ ਸਿੱਖਣ ਆਇਆ ਮੈਂ ਇਹਨਾਂ ਨੂੰ ਕੀ ਮੈਸੇਜ ਦੇ ਸਕਦਾ ਕਿਉਂਕਿ ਮੈਂ ਇਹੋ ਜਿਹੀ ਫੈਮਿਲੀ ਤੋਂ ਬਿਲੋਂਗ ਕਰਦਾ ਕਿ ਮੇਰੇ ਲਈ ਯੂਨੀਵਰਸਿਟੀ ਕਾਲਜ ਮੈਂ ਕਦੀ ਜਾ ਹੀ ਨਹੀਂ ਪਾਇਆ ਅਤੇ ਮੈਂ ਤਾਂ ਸਗੋਂ ਇਹਨਾਂ ਕੋਲੋਂ ਸਿੱਖਣ ਆਇਆ ਅਤੇ ਇਹਨਾਂ ਨੂੰ ਕੀ ਕਹਿਣਾ ਬਸ ਇਹ ਜਿਉਂਦੇ ਵੱਸਦੇ ਰਹਿਣ ਪੜ੍ਹਦੇ ਲਿਖਦੇ ਰਹਿਣ ਮਾਂ ਪਿਓ ਦਾ ਨਾਂ ਰੋਸ਼ਨ ਕਰਨ ਅਤੇ ਬਾਕੀ ਮੈਨੂੰ ਬੁਲਾਉਂਦੇ ਰਹਿਣ ਅਤੇ ਪੈਸੇ ਦਿੰਦੇ ਤੁਸੀਂ ਵੀ ਹੱਸਦੇ ਵੱਸਦੇ ਰਹੋ ਹਸਾਉਂਦੇ ਰਹੋ ਠੀਕ ਹੈ ਇਟ ਵਾਸ ਰੀਅਲੀ ਨਾਈਸ ਟਾਕਿੰਗ ਟੂ ਯੂ ਥੈਂਕ ਯੂ ਸੋ ਮਚ ਹੈਵ ਅ ਗ੍ਰੇਟ